ਇਹ ਨੇ ਜੀ ਸਾਡੇ ਮੁਲਕ ਦੇ ਪੜ੍ਹੇ ਲਿਖੇ ਲੋਕ, ਸਾਡੇ ਮੁਲਕ ਦਾ ਸਰਮਾਇਆ, ਜ਼ਰਈ ਯੂਨੀਵਰਸਿਟੀ ਦੇ ਹੋਣਹਾਰ ਸਟੂਡੈਂਟ ਰੋਟੀ ਦੇ ਉੱਤੇ ਆਪਣੇ ਪੜ੍ਹੇ ਲਿਖੇ ਹੋਣ ਦਾ ਮੁਜ਼ਾਹਰਾ ਕਰ ਰਹੇ ਨੇ। ਸਾਡੇ ਪਿੰਡਾਂ ਵਾਲਿਆਂ ਨੂੰ ਜਾਹਲ ਕਹਿਣ ਵਾਲੇ ਅੰਦਾਜ਼ਾ ਲਾ ਲੈਣ। ਸਾਰੇ ਟਾਊਨ ਵਿੱਚ ਖੁੱਤੀ ਪੈਰੀ ਟਿੱਲੀ ਦੀ ਜੁੱਤੀ, ਟਾਊਨ ਵਿੱਚ ਖੁੱਤੀ ਪੈਰੀ ਟਿੱਲੀ ਦੀ ਜੁੱਤੀ, ਨਾਲੇ ਜੁੱਤੀ ਥੱਲੇ ਰੱਖੀ ਆ ਜ਼ਮਾਨਾ ਫਿਰਦੇ, ਥੱਲੇ ਰੱਖੀ ਆ ਜ਼ਮਾਨਾ ਫਿਰਦੇ ਨੀ ਮੁੰਡੇ ਹੁੱਡ ਵਿੱਚ, ਹੁੱਡ ਵਿੱਚ ਬੰਨ ਕੇ ਭੰਡਾਨਾ ਫਿਰਦੇ ਨੀ ਮੁੰਡਾ ਪਿੰਡਾਂ ਯਾਰੀ ਬੰਨ ਕੇ। ਹੁਣ ਤੁਹਾਨੂੰ ਲੀਜੈਂਡ ਆਫ ਕਬੱਡੀ ਸਦੀਕ ਬੱਟ ਦਾ ਛੋਟਾ ਵੀਰਾ ਸ਼ਫੀਕ ਬੱਟ, ਉਹਦੇ ਨਾਲ ਮਿਲਾਨੇ ਆ। ਕਿਸੇ ਦੌਰ 'ਚ ਬਾਈ ਦੀ ਪੂਰੀ ਤੂਤੀ ਬੋਲਦੀ ਸੀ, ਵੱਡੇ ਵੱਡੇ ਜਾਫੀਆਂ ਦੀਆਂ ਬਾਹਾਂ ਖੜੀਆਂ ਕਰਾਈਆਂ ਹੋਈਆਂ ਨੇ। ਅਸਲਾਮ ਵਾਲੇਕੁਮ, ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ? ਤੁਸੀਂ ਜੁੜੇ ਹੋ ਸਾਡੇ ਚੈਨਲ ਪਿੰਡਾਂ ਦੇ ਮੁੰਡੇ ਨਾਲ, ਅਤੇ ਅੱਜ ਅਸੀਂ ਚੱਲੇ ਹਾਂ ਫੈਸਲਾਬਾਦ ਦਾ ਤਕੜਾ ਕਬੱਡੀ ਕੱਪ, ਜਿਹੜਾ ਵਾਰਡਾ ਇੰਟਰ ਰੇਂਜ, ਵਾਰਡਾ ਦੇ ਜਿੰਨੇ ਵੀ ਰੇਂਜਾਂ ਨੇ ਉਹਨਾਂ ਦੇ ਵਿਚਕਾਰ ਹੋ ਰਿਹਾ। ਮੈਚ ਤੇ ਆਪਾਂ ਪਹੁੰਚ ਗਏ ਅਤੇ ਮੈਚ ਸ਼ੁਰੂ ਆ, ਥੋੜ੍ਹਾ ਜਿਹਾ ਲੇਟ ਹੋ ਗਏ ਅਸੀਂ। ਪੱਟ ਜੀ ਰਿਹਾ ਮੌਲੀ ਆਰ ਪਠਾਨ ਨੇ ਟੰਗ ਦਿੱਤਾ ਹਵਾ ਦੇ ਵਿੱਚ, ਆਈ ਮੌਲਵੀ ਆਰ ਪਠਾਨ ਆ ਨਾਲ ਟੰਗੀ ਮਾਰਨੇ ਦੀ ਕੋਸ਼ਿਸ਼ ਹੈ, ਪੀਤਾ ਹੋਇਆ ਬੇਰਾ, ਟੱਕ ਟੱਕ ਚੱਲਦੀ ਘੜੀ। ਔਰ ਦੇਖਦੇ ਆ ਸਾਹਿਬ ਚੀਫ ਐਗਜ਼ੈਕਟਿਵ ਆਫੀਸਰ ਫੈਸਕੋ ਬੈਟਰ ਜੀ ਫੈਸਕੋ ਸਪੋਰਟਸ, ਉਹਨਾਂ ਦੇ ਝੰਡੇ ਹੇਠ ਆਓ ਲੋ ਜੀ ਆ ਗਿਆ ਜੇ ਸ਼ਫੀਕ ਚਿਸ਼ਤੀ ਮੈਦਾਨ ਦੇ ਵਿੱਚ ਇਸ ਵੇਲੇ ਬੋਲਦਾ ਹੋਇਆ ਧਾਵਾ, ਕਪਤਾਨ ਦਾ ਟੱਚ, ਆਏ ਹਾਏ ਕਪਤਾਨ ਦੀ ਅਣਖਤਾ ਮਣਖ ਦੇ ਜਿਹੜਾ ਪੁਆਇੰਟ ਹੋ ਗਿਆ ਸ਼ਫੀਕ ਚਿਸ਼ਤੀ ਦਾ। ਪਲੇਅਰ ਵਾਰਮ ਅਪ ਹੋ ਰਹੇ ਨੇ, ਇਹ ਸ਼ਾਨੀ ਬਸਰਾ ਬ੍ਰਾਂਡ ਜਾਫੀ ਆ, ਇੱਧਰ ਰਫੀਕ ਚੁਕੀਆ ਸਾਹਿਬ ਸੀਨੀਅਰ ਖਿਡਾਰੀ ਨੇ, ਡੂਬਾ ਵੱਲਾ ਬਈ ਨਹੀਂ ਬੱਟ। ਲਓ ਜੀ ਹਾਲਾਤਾਂ ਤੋਂ ਲੱਗ ਰਿਹਾ ਕਿ ਰੋਟੀ ਦਾ ਪ੍ਰੋਗਰਾਮ ਹੈ, ਅਤੇ ਇੱਧਰ ਭਲਵਾਨ ਸਾਰਿਆਂ ਨੇ ਪਹਿਲਾਂ ਰੋਟੀ ਦੇ ਪ੍ਰੋਗਰਾਮ ਤੇ ਪਹੁੰਚੇ ਨੇ, ਤੇ ਨਾਲ ਜਾਣਾ ਵੀ ਸਾਰਿਆਂ ਤੋਂ ਆਖਰ ਤੇ ਆ। ਕੌਣ ਸਾਗਾ? ਅਸਲਾਮ ਵਾਲੇਕੁਮ ਜੀ, ਜ਼ਰਈ ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਹੋ ਰਿਹਾ, ਉੱਥੇ ਆਏ ਸਾਂ, ਤੇ ਆ ਛੋਟਾ ਵੀਰ ਸਾਨੂੰ ਮਿਲਿਆ ਗਿਲਗਤ ਬਲਤਿਸਤਾਨ ਦਾ ਰਹਿਣ ਵਾਲਾ, ਤੇ ਪੰਜਾਬੀ ਬੋਲੀ ਇਹਨੂੰ ਬਿਲਕੁਲ ਨਹੀਂ ਆਉਂਦੀ, ਗਿਲਗਤੀ ਇਹਨਾਂ ਦੀ ਬੋਲੀ ਜਿਹੜੀ ਮੇਨ, ਪਰ ਪੰਜਾਬੀ ਗਾਣੇ ਬਹੁਤ ਵਧੀਆ ਗਾ ਲੈਂਦਾ, ਉਹ ਸ਼ੁਭ ਸਿੰਗਰ ਆ ਉੱਥੋਂ ਦਾ, ਤੇ ਉਹਦੇ ਗਾਣੇ ਗਾਉਂਦਾ ਮੁੰਡਾ, ਸੁਣਦੇ ਆ ਕੋਈ ਗਾਣਾ ਵੀਰ ਸੁਣਾ ਬਈ। ਗਾਣਾ ਚਾਰ ਤੇ ਬੰਦੇ ਦੋ ਨੇ ਐ ਬੈਠੀ ਯਾਰ, ਨਾ ਕੋਈ ਹੋਰ ਨੇ ਡੂੰਗੀ ਮਾਰ, ਗਾਣਾ ਨੂੰ ਫੋਨ ਨੇ ਆ ਪਿੱਛੇ ਕਰਦੇ ਰੱਖੀਆਂ ਪਾਰਾ, ਬੋਰ ਨੇ ਗਾਣਾ ਚਾਰ ਤੇ ਬੰਦੇ ਦੋ ਨੇ ਆ ਬੈਠੀ ਯਾਰ, ਨਾ ਕੋਈ ਹੋਰ ਨੇ ਆ ਡੂੰਗੀ ਮਾਰ, ਗਾਣਾ ਨੂੰ ਫੋਨ ਨੇ ਆ ਪਿੱਛੇ ਕਰਦੇ ਰੱਖੀਆਂ ਪਾਰਾ, ਬੋਰ ਨੇ ਕੋਈ ਤੋੜ ਨੀ ਜੱਟਾਂ ਦੇ ਪੁੱਟ ਦਾ,
ਕਰਾ ਜੋਗ ਨਹੀਂ ਤੇ ਬੁਰੇ ਲੁੱਟਦਾ ਫਿਰ ਪੋੜਦੇ ਆ ਪਾਏ ਨੀ ਰੇ ਪੁੱਕਦਾ ਰੇ ਕਾਨੇ ਸੋਲੂ ਜਰ ਤੇ ਜੱਟ ਮਤ ਨੀ ਜੱਟ ਥਲਦੇ ਪੰਨੇ ਲੱਗਣੀ ਸਲਾਰੂ ਕਰਦੇ ਕੋਲੀ ਚਟਨੀ ਸਾਰੇ ਬਾਲੀਵੁੱਡ ਦੀ ਧੋਤੇ ਆ ਤੇ ਲਾਤਨੀ ਬੜੇ ਜਿਗਰੇ ਤੇ ਜਗਨੀ ਉਹ ਬੜੇ ਜ਼ੋਰ ਨਾਲ ਅਸੀਂ ਨੇ ਗੱਜਣੀ ਜਿੰਦੀ ਫੁਰਦੇ ਯਾਰ ਅੱਜ ਵੀ ਮਾਰੇ ਟਾਈਮ ਤੇ ਗਏ ਸੀ ਜਿਹੜੇ ਭਜਨੀ ਸਾਰੇ ਸਤਾਰੇ ਦੋਬੇ ਮੈਂ ਗਾਵਾਂ ਛੇਟਣੀ ਸਾਡੀ ਹਾਰ ਵੀ ਲੱਗੇ ਜਿੱਤਣੀ ਡਾਊਨਫਾਲ ਵੀ ਤੇ ਚੱਲੇ ਹਿੱਟ ਵੀ ਫਿਰ ਪੁੱਕਦਾ ਪੰਜਾਬ ਕਰਕੇ ਪਿੱਟਣੀ ਪਿੱਟਣੀ ਗਾਨਾ ਚਾਰ ਤੇ ਬੰਦੇ ਦੋ ਨੇ ਆ ਬੈਠੀ ਯਾਰ ਨਾ ਕੋਈ ਹੋਰ ਨੇ ਆ ਡੂੰਗੀ ਮਾਰ ਗਾਨਾ ਨੂੰ ਫੋਨ ਨੇ ਆ ਪਿੱਛੇ ਕਰ ਦੇ ਰੱਖੀ ਆ ਬਾਰਾ ਬੋਲ ਨੇ ਮੁੰਡੇ ਨੇ ਪੂਰਾ ਯਾਦ ਕੀਤਾ ਪੰਜਾਬੀ ਗਾਣਾ ਇਹ ਸ਼ਰਾਦੀ ਵੇਖਿਆ ਕੋ ਸੋਹਣਾ ਬਲੌਗ ਕਰਦਾ ਉਹਦੇ ਵਰਗਾ ਲੱਗਦਾ ਮੈਨੂੰ ਨਾ ਗਿਲਕਤੀ ਬੋਲੀ ਹੁੰਦੀ ਕੋਈ ਗਿਲਕਤੀ ਗਿਲਕਤ ਕਾ ਕੋਈ ਆਪਣੀ ਜੋ ਜ਼ਬਾਨ ਮੇ ਕੋ ਗਾਣਾ ਹੈ ਗਿਲਕਤ ਬਾਤ ਕਰ ਰਿਹਾ ਗਿਲਕਤੀ ਮੇ ਗਾਣਾ ਸੁਣਾ ਦੇ ਕੋਈ ਆਪ ਕੋ ਆਤਾ ਹੈ ਨਹੀਂ ਆਤਾ ਆ ਸੁਣਾ ਦੇ ਕੋਈ ਛੋਟੇ ਭਾਈ ਨੇ ਤੈਨੂੰ ਸੁਣਾਇਆ ਐ ਬੀਸੀ ਨਹੀਂ ਆਤੀ ਗਾਣਾ ਅੱਲਾ ਐ ਬੀਸੀ ਨਹੀਂ ਆਤੀ ਚਲ ਸੁਣਾ ਦੋ ਸੁਣਾਮ ਦੀਵਾਨੋ ਬੇਹਨੁਸ ਪਾਗਲ ਬੇਹਨੁਸ ਮਾ ਦੀਵਾਨੋ ਬੇਹਨੁਸ ਪਾਗਲ ਬੇਹਨੁਸ ਇੱਕ ਥਈ ਖਿਆਲ ਉਰ ਦੁਨੀਆ ਥੇ ਜੋ ਥਲ ਬੇਹਨੁਸ ਟੁੱਟ ਲੈ ਲਗਨੁਸ ਥੇ ਯਾਦ ਪਾਗਲ ਬੇਹਨੁਸ ਸ਼ੀਸ਼ਾਏ ਸ਼ੀਰੀ ਅਜ਼ਮਤ ਰੋਟਰ ਬੇਹਨੁਸ ਟੁੱਟ ਲੈ ਲਗਨੁਸ ਥੇ ਯਾਦ ਪਾਗਲ ਬੇਹਨੁਸ ਜੀਵਨੋ ਬੇਹਨੁਸ ਪਾਗਲ ਬੇਹਨੁਸ ਮਾ ਜੀਵਨੋ ਬੇਹਨੁਸ ਪਾਗਲ ਬੇਹਨੁਸ ਪਾਗਲ ਬੇਹਨੁਸ ਫੈਸਲਾਬਾਦ ਮੇ ਆਕੇ ਕੈਸਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਬਾਕਸਿੰਗ ਮੇ ਯੇ ਵੀ ਗਿਆ ਤਾਂ ਪਿੱਟ ਕੇ ਆਇਆ ਹੈ ਇਹ ਬਾਕਸਿੰਗ ਦਾ ਬੜਾ ਅੱਛਾ ਤੋੜ ਰਿਹਾ ਹੈ ਇਹ ਗਲਤੀ ਸੀ ਇੱਕ ਦਫਾ ਖੇਲ ਲਿਆ ਉਸਕੇ ਬਾਅਦ ਰਿਸਕ ਦਾ ਮੈਲ ਨਹੀਂ ਕਿਹਾ ਨਾਮ ਬੜਾ ਲੰਬਾ ਹੈ ਸਤਿਕਾਰ ਹੋ ਰਿਹਾ ਹੈ ਇਹ ਮੇਰੀ ਬਾਸ ਨੂੰ ਕਿੰਨੇ ਬੰਦੇ ਬੈਠੇ ਸਤਿਕਾਰ ਕਰ ਰਹੇ ਹਨ ਸਤਿਕਾਰ ਵੀ ਬੜ ਜਾਏਗੀ ਜ਼ਰੂਰਤ ਨਹੀਂ ਬੰਦਾ ਸਹੀ ਟੱਕਰ ਆਈ ਤਾਂ ਲਓ ਜੀ ਸਾਨਾ ਵਾਲਾ ਭੇਰ ਹੋ ਗਿਆ ਸ਼ੁਰੂ ਇੱਕ ਪਾਸੇ ਗਿਲਕਦੀ ਜਵਾਨ ਹੈ ਦੂਜੇ ਪਾਸੇ ਪੰਜਾਬੀ ਪ੍ਰੋਗਰਾਮ ਦਾ ਆਗਾਜ਼ ਹੋ ਗਿਆ ਉਸਤਾਦ ਨੁਸਰਤ ਫਤਿਹ ਅਲੀ ਖਾਨ ਅੱਜ ਚੰਡਿਆ ਸ਼ਗੀਰ ਦਾ ਆ ਗਿਆ ਬਾਕੀ ਭਲਵਾਨ ਇੱਧਰ ਗਿਲਕਤੀ
ਇੱਧਰ ਵੀ ਗਲਗਤੀ, ਬਾਕੀ ਸਾਰੇ ਪੰਜਾਬੀ। ਭਾਈ ਤੂੰ ਕੋਈ ਗੱਲ ਨਹੀਂ ਸੁਣਾਈ, ਆਪਣਾ ਨਾਮ ਹੀ ਬਤਾ ਦੇ। ਅਹਿਮਦ। ਅਹਿਮਦ ਭਾਈ, ਕੋਈ ਗਲਗਤ ਮੇ ਕੋਈ ਬਾਤ, ਕੋਈ ਗਲਗਤੀ ਜ਼ਬਾਨ ਮੇ? ਯਾਰ ਹੁਣ ਇੱਕ ਵਾਰ ਨਹੀਂ, ਮੈਨੂੰ ਇਹ ਨਹੀਂ ਆਤੀ ਗਲਗਤੀ, ਨਹੀਂ ਆਤੀ, ਗਲਗਤੀ ਨਹੀਂ ਆਤੀ। ਉਰਦੂ ਬੋਲਤੇ ਹੈ, ਉਰਦੂ ਬੋਲਤੇ ਹੈ। ਏ ਭਾਈ, ਬਚਪਨ ਸੇ ਆਪਕੋ ਪੰਜਾਬ ਕੈਸਾ ਲਗਾ? ਬਹੁਤ ਅੱਛਾ। ਅੱਛਾ, ਕਿਆ ਚੀਜ਼ ਅੱਛੀ ਲੱਗੀ? ਕਿਆ ਅੱਛਾ ਲਗਾ ਪੰਜਾਬ? ਕੁਛ ਨਹੀਂ। ਕਹਿਰ ਦੀ ਆਵਾਜ਼ ਚਲਾ ਰੱਬਾ, ਪੂੰਡ ਇੱਕ ਨਾ ਰਵੇ ਜਹਾਨ ਉੱਤੇ, ਕੋਈ ਸੁਬਾ ਮਰੇ ਕੋਈ ਮਰੇ ਸ਼ਾਮੀ, ਮੇਲਾ ਲੱਗਾ ਰਵੇ ਕਬਰਸਤਾਨ ਉੱਤੇ, ਔਰ ਘਰ ਘਰ ਮਾਤਮ ਹੋਣ ਨਾ ਪੂਨਾ ਦੇ, ਅਮਰ ਇਕਬਾਲ ਛੱਡ ਕੰਮ ਸਾਰੇ, ਰਹਿੰਦਾ ਰਹੋ ਜਨਾ ਦੇ ਪੜਾਣ ਉੱਤੇ। ਅੱਛਾ ਜੀ, ਰੋਟੀ ਆ ਗਈ ਆ, ਹੁਣ ਵਿਖਾਉਂਦੇ ਆ ਕੀ ਪੱਕਿਆ। ਲਓ ਜੀ, ਰੋਟੀ ਆ ਗਈ ਆ, ਹੁਣ ਖਾ ਲਈ ਹੈ, ਨਹੀਂ ਤੇ ਇਹਨਾਂ ਮੰਗਾ ਛੱਡਣੀ ਹੈ। ਉਹ ਜੀ, ਰੋਟੀ ਛੋਟੀ ਹੁਣ ਖਾ ਲਈ ਸਾਰਿਆਂ ਨੇ, ਬਹੁਤ ਵਧੀਆ ਇੰਤਜ਼ਾਮ ਸੀ। ਵੇਖੋ ਪਲੇਟਾਂ ਲਪੇਟਤੀਆਂ ਮੁੰਡਿਆਂ ਨੇ, ਆਈਸਕ੍ਰੀਮ ਖਾ ਰਹੇ ਆ, ਤੇ ਆੜੀ ਕੈਚਅਪ ਇਹ ਵਧੀ ਸੀ, ਇਹ ਹੁਣ ਨਾਲ ਲੈ ਕੇ ਜਾਵਾਂਗੇ।